ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕੁੰਡਲੀ ਬਾਰਡਰ ਤੇ ਹਾਂ। ਇਸ ਟਾਈਮ ਰਾਤ ਦਾ ਸਮਾਂ ਆ ਤੇ ਆਪਣੇ ਜੋ ਮੈਂ ਦੇਖ ਰਿਹਾ ਹੁਣ ਕਿ ਕਾਫੀ ਧੁੰਦ ਪੈ ਗਈ ਹੈ ਇੱਥੇ ਆਪਣੇ ਬਾਰਡਰ ਦੇ ਉੱਤੇ, ਜੋ ਕਿ ਰੋਡ ਮੇਨ ਦਿੱਲੀ ਨੂੰ ਜਾਂਦਾ ਆ, ਕਿਸਾਨਾਂ ਨੇ ਉਹਨੂੰ ਬਲੌਕ ਕੀਤਾ ਆ। ਤੇ ਕੁੰਡਲੀ ਬਾਰਡਰ ਤੇ ਇਸ ਟਾਈਮ ਅਸੀਂ ਹੈਗੇ ਆ। ਤੇ ਮੈਨੂੰ ਲੱਗਦਾ ਕਿ ਜੋ ਸਾਡੇ ਵੀਰ ਵਾਪਸੀ ਕਰ ਰਹੇ ਆ, ਪੰਜਾਬ ਨੂੰ ਜਾ ਰਹੇ ਆ, ਹਰਿਆਣੇ ਨੂੰ ਜਾ ਰਹੇ ਆ, ਜਾਂ ਕੁਛ ਇਸ ਸੰਘਰਸ਼ ਵਿਚ ਆ ਰਹੇ ਆ ਇਸ ਟਾਈਮ ਇੱਥੇ, ਜਾਂ ਕਿਸੇ ਨੇ ਪਹੁੰਚਣਾ ਆ, ਆਪਣੀ ਹੱਥ ਬੰਨ ਕੇ ਬੇਨਤੀ ਆ ਸਾਰੇ ਸੱਜਣਾਂ ਨੂੰ, ਵੀਰਾਂ ਨੂੰ, ਕਿ ਕਿਸੇ ਮੇਰੇ ਵੀਰ ਨੇ ਕਾਹਲੀ ਨਹੀਂ ਕਰਨੀ ਗੱਡੀ ਚਲਾਉਂਦੇ ਸਮੇਂ, ਕਿਉਂਕਿ ਕਾਫੀ ਧੁੰਦ ਪਈ ਆ, ਕਾਫੀ ਇੰਸੀਡੈਂਟ ਹੋ ਜਾਂਦੇ ਇਸ ਦੌਰਾਨ। ਕੋਈ ਆਪਾਂ ਹੁੱਲੜਬਾਜ਼ੀ ਨਹੀਂ ਕਰਨੀ, ਆਪਾਂ ਆਪਣਾ ਸੇਫ ਹੋਣਾ ਆ, ਹਨਾ, ਸੇਫ ਜਰਨੀ ਕਰਨੀ ਆ। ਪਲੀਜ਼ ਸਾਰਿਆਂ ਨੂੰ ਮੈਂ ਇਹੀ ਰਿਕੁਐਸਟ ਕਰਦਾ ਹੱਥ ਬੰਨ ਕੇ ਵੀ ਆਪਾਂ ਬਿਲਕੁਲ ਸਲੋ ਸਲੋਲੀ ਸਲੋਲੀ ਹੋਣਾ ਆ, ਸੇਫ ਹੋਣਾ ਆ। ਤਾਂ ਆਪਾਂ ਜੇ ਕੋਈ ਰਾਹ ਚ ਆਪਣਾ ਵੀਰ ਮੁਸ਼ਕਲ ਚ ਹੈਗਾ ਉਹਦੀ ਹੈਲਪ ਕਰਨੀ ਆ, ਤਾਂ ਆਪਾਂ ਇਸ ਮੋਰਚੇ ਨੂੰ ਸਵੇਰੇ ਫੇਰ ਬਰਕਰਾਰ ਰੱਖਣਾ ਆ, ਇਹ ਸੰਘਰਸ਼ ਨੂੰ ਆਪਾਂ ਫਤਿਹ ਕਰਨਾ ਆ। ਤੇ ਇਹੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਇਹ ਬੇਨਤੀ ਪ੍ਰਵਾਨ ਕਰਿਓ ਦਾਸ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਈਟ ਡਿਊਟੀ ਕਰਦੇ ਹੋਏ ਅੱਜ ਡਿਊਟੀ ਲੱਗੀ ਆ ਜੀ ਆਪਣੀ ਰਾਤ ਦੀ। ਤੜਕੇ ਤੱਕ ਡਿਊਟੀ ਅੱਜ, ਨਾਲ ਵੀਰ ਜੀਤੀ ਭਰਾ, ਲੱਖਾ ਭਰਾ ਨਾਲ ਮੇਰੇ, ਬਹੁਤ ਵਧੀਆ ਲੱਖੇ। ਕਿੱਦਾਂ ਮਾਹੌਲ, ਕਿੱਦਾਂ ਅੱਜ ਕੀ ਬਣ ਗਿਆ ਅੱਜ ਬਾਰਡਰ ਤੇ? ਕਾਫੀ ਗਹਿਮਾ ਗਹਿਮੀ ਆ, ਸਤਰਕ ਟਰਾਲੀਆਂ ਆਪਣੇ ਰਸੋਈ ਢਾਬਾ ਤੋਂ ਮਗਰ ਖੜ ਗਈਆਂ, ਅੱਗੇ ਹੋਰ ਵੀ ਕਾਫੀ ਸਾਡੇ ਸੱਜਣ ਆ ਰਹੇ ਆ। ਟਰਾਲੀਆਂ ਬਹੁਤ ਆਈਆਂ ਅੱਜ ਪੰਜਾਬ ਤੋਂ, ਕਾਫੀ ਤਕੜਾ ਆਪਣੇ ਸੰਘਰਸ਼ ਹੋਊਗਾ ਇੱਥੇ। ਟਰਾਲੀਆਂ ਦੇ ਨਾਲ ਧੁੰਦ ਵੀ ਪੂਰੀ ਲੈ ਆਏ ਆ ਵੀਰ ਆਪਣੇ, ਪੈ ਗਈ ਆ ਰਾਤ ਅੱਜ ਪਹਿਲਾਂ ਸੇਵਾ। ਅਸੀਂ ਇਹ ਬੇਨਤੀ ਕਰਦੇ ਆ ਜਿਹੜੇ ਵੀਰ ਸਾਡੇ ਆ ਰਹੇ ਆ ਜਾਂ ਜਿਹੜੇ ਵਾਪਸ ਜਾ ਰਹੇ ਆ, ਬੜੇ ਧਿਆਨ ਨਾਲ ਆਉਣ ਜਾਣ, ਕਿਉਂਕਿ ਧੁੰਦ ਕਾਫੀ ਪਈ ਆ, ਕੋਈ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਸੋ ਆਪਣਾ ਸਾਰੇ ਧਿਆਨ ਰੱਖੋ, ਸੇਫ ਰਹੋ।